ਛੋੜੇ ਅੱਛੀ ਚੀਜ਼ ਆ, ਪੁੱਤਰਾਂ ਦਾ ਮਰ ਜਾਣਾ, ਹਰਵਾਲ ਸੁੱਟ ਜਾਣੇ, ਹਰ ਕਦੇ ਬਹੁਤ ਪਾ ਜਾਣੀਆਂ ਤਾਂ ਜਨਾਬ ਕੂਕਾ ਦੇ ਨਾਰੇ ਮਾਰਦਿਆਂ ਕਿਸ਼ਨ ਦਾ ਪੁੱਤਰ ਵੀ ਕੋਲ ਹੀ ਖੜਾ ਸੀ ਕਾਲੂ, ਜਿਹੜਾ ਆਪਣੇ ਬਾਪ ਦਾ ਵਿਛੋੜਾ ਆਜ਼ਾਦ ਕਰਕੇ ਕਹਿੰਦਾ ਕੋਹਲ ਚਾਚੇ ਦੇ ਆ ਕੇ ਕਾਲੂ ਇਹ ਗੱਲ ਕਹੇ ਸੁਣਾ, ਉਹ ਨਾਰੋ ਚਾਚਾ ਮੇਰਿਆ ਦਿਲ ਵਿੱਚ ਨਾ ਘਬਰਾ, ਉਹ ਕਹਿੰਦਾ ਨਾਰੋ ਚਾਚਾ ਮੇਰਿਆ ਫਿਰ ਕਿਆ ਦਿਲ ਵਿੱਚ ਨਾ ਘਬਰਾ, ਉਹ ਚਾਚਾ ਰੋਇਆ ਤੋਂ ਰੱਬ ਨਹੀਂ ਰਿਝਦਾ, ਇਹ ਡਾਢਾ ਬੇਪਰਵਾਹ ਅੰਦਰੋਂ ਘੋੜੀ ਕੱਢ ਕੇ ਚਾਚਾ ਮੈਨੂੰ ਕਾਠੀ ਉਹ ਦੇਵੀ ਪਾ, ਅੰਦਰੋਂ ਘੋੜੀ ਕੱਢ ਕੇ ਫਿਰ ਕਿਆ ਚਾਚਾ ਮੈਨੂੰ ਕਾਠੀ ਦੇਵੀ ਪਾ, ਉਹ ਕਹਿੰਦਾ ਰੱਬਲ ਬਾਪ ਦੇ ਹੱਥ 'ਚ ਮੈਨੂੰ ਦਮੀ ਖੜਾ, ਮੈਂ ਵਿੱਚ ਉਹ ਡਸਕ ਦੇ ਜਾ ਕੇ ਚਾਚਾ ਮੈਂ ਦਿਊਂਗਾ ਧੁੰਮ ਮਚਾ, ਕਹਿੰਦਾ ਵਿੱਚ ਮੈਂ ਰਿਆਊ ਡਸਕ ਦੇ ਜਾ ਕੇ ਚਾਚਾ ਦਿਊਂਗਾ ਧੁੰਮ ਮਚਾ, ਫਿਰ ਕੈਚੀ ਨੂੰ ਕਹਿੰਦੇ ਅਹਿਮਦ ਧਾੜ ਵੀ ਚਾਚਾ ਲਊਂਗਾ ਵਿੱਚ ਮੈਦਾਨੇ ਢਾ, ਉਹ ਜਿਹਨੂੰ ਕਹਿੰਦੇ ਅਹਿਮਦ ਧਾੜ ਵੀ ਫਿਰ ਕਿਆ ਚਾਚਾ ਲਊਂਗਾ ਵਿੱਚ ਮੈਦਾਨੇ ਢਾ, ਉਹਦੇ ਵੱਢ ਕੇ ਕਰੂੰਗਾ ਡੱਕਰੇ ਮੈਂ ਢੇਰੀਆਂ ਚਾਰ ਬਣਾ, ਚਾਚਾ ਮੈਂ ਪੀਊਂਗਾ ਖੂਨ ਨਚੋੜ ਕੇ, ਇੱਕ ਮੈਂ ਨਸ਼ੇ ਦੇ ਵਿੱਚ ਮਿਲਾ ਮੈਂ ਬਦਲਾ ਲੈ ਲੂ ਬਾਪ ਦਾ, ਜਿਹੜੀ ਕਰੇ ਖਦਾ ਕਾਲੂ ਮੋੜ ਕੇ ਜਵਾਬ ਕਰਦਾ ਆਪਣੇ ਚਾਚੇ ਨਾਲ ਮੋੜ ਕੇ ਕਿਹੜਾ ਜਵਾਬ ਕਰਦਾ ਅੱਗੇ ਭਲਾ ਨਹੀਂ। ਜਿਹੜੀ
ਤਾਈਆਂ ਮਾਤਾ ਹਰਿਓ ਦੀ ਬੋਲੀ ਚਾਚਾ ਤੇਰਾ ਦੂਰ ਪਈ ਹੈ, ਚਾਚਾ ਭੀੜ ਪਿਆਣੀ ਹੈ, ਤੁਹਾਨੂੰ ਜਾ ਕੇ ਦੱਸ